ਜਿੱਥੇ ਹਰ ਪਾਸੇ ਕੋਰੋਨਾ ਮਹਾਮਾਰੀ ਦੀ ਮਾਰ ਪਈ ਹੈ, ਉੱਥੇ ਦੂਜੇ ਪਾਸੇ ਜਿਹੜੇ ਦਿਹਾੜੀਦਾਰ ਲੋਕ ਨੇ ਉਹ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਨੇ। ਨਮਸਕਾਰ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਔਰ ਮੈਂ ਹਾਂ ਤੁਹਾਡੇ ਨਾਲ ਮੀਤ ਸ਼ਰਮਾ। ਦਿਹਾੜੀਦਾਰ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਇਹੀ ਚਿੰਤਾ ਮਾਰੀ ਜਾ ਰਹੀ ਹੈ ਕਿ ਜੇਕਰ ਅਸੀਂ ਘਰ ਰਹਾਂਗੇ ਤਾਂ ਫਿਰ ਸਾਡੇ ਪੈਸੇ ਕਿਵੇਂ ਸਾਡੇ ਕੋਲ ਆਉਣਗੇ, ਅਸੀਂ ਕਮਾਈ ਕਿਵੇਂ ਕਰਾਂਗੇ, ਆਪਣੇ ਪਰਿਵਾਰ ਦਾ ਢਿੱਡ ਕਿਵੇਂ ਪਾਲਾਂਗੇ। ਔਰ ਉਹਨਾਂ ਲੋਕਾਂ ਦੇ ਲਈ ਮਸੀਹਾ ਬਣ ਕੇ ਆਏ ਨੇ ਪੰਜਾਬੀ ਸਿੰਗਰ ਗੀਤਾ ਜੈਲਦਾਰ, ਜਿਨ੍ਹਾਂ ਨੇ ਜ਼ਿੰਮੇਵਾਰੀ ਚੁੱਕੀ ਹੈ ਕਿ ਮੇਰੇ ਪਿੰਡ ਦੇ ਜਿਹੜੇ ਲੋਕ ਹੋਣਗੇ ਜਿਹੜੇ ਦਿਹਾੜੀਦਾਰ ਨੇ, ਖਾਸ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਉਹ ਆਪ ਚੱਕਣਗੇ, ਪੈਸੇ ਵੀ ਪ੍ਰੋਵਾਈਡ ਕਰਵਾਉਣਗੇ। ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਕੀ ਲਿਖਿਆ ਗੀਤਾ ਜੈਲਦਾਰ ਨੇ, ਆਹ ਤੁਹਾਨੂੰ ਦਿਖਾਉਂਦੇ ਹਾਂ। ਕੋਰੋਨਾ ਵਾਇਰਸ ਦੀ ਦਹਿਸ਼ਤ ਅੱਜ ਕੱਲ੍ਹ ਚਾਰੇ ਪਾਸੇ ਦੇਖਣ ਨੂੰ ਮਿਲ ਰਹੀ ਹੈ ਤੇ ਇਸ ਦਾ ਲੋਕਾਂ ਤੇ ਕਾਫੀ ਗਹਿਰਾ ਪ੍ਰਭਾਵ ਵੀ ਪੈ ਰਿਹਾ ਤੇ ਸਰਕਾਰ ਵੱਲੋਂ ਇਹੀ ਨਿਰਦੇਸ਼ ਦਿੱਤੇ ਜਾ ਰਹੇ ਨੇ ਕਿ ਹੋ ਸਕਦਾ ਹੈ ਤਾਂ ਆਪਣੇ ਘਰ ਵਿੱਚ ਹੀ ਰਹੋ। ਉੱਥੇ ਜੇਕਰ ਦਿਹਾੜੀਦਾਰ ਲੋਕਾਂ ਦੀ ਗੱਲ ਕਰੀਏ ਤਾਂ ਉਹ ਸੋਚ ਕੇ ਪਰੇਸ਼ਾਨ ਨੇ ਕਿ ਜੇਕਰ ਕੰਮ ਤੇ ਨਹੀਂ ਜਾਣਗੇ ਤਾਂ ਪੈਸੇ ਕਿੱਥੋਂ ਆਉਣਗੇ, ਉਹ ਢਿੱਡ ਕਿਵੇਂ ਭਰਨਗੇ ਆਪਣੇ ਪਰਿਵਾਰ ਦਾ। ਤਾਂ ਇਹਨਾਂ ਲੋਕਾਂ ਲਈ ਅੱਗੇ ਆਏ ਨੇ ਮਸੀਹਾ ਬਣ ਕੇ ਗੀਤਾ ਜੈਲਦਾਰ, ਜਿਨ੍ਹਾਂ ਨੇ ਆਪਣੇ ਪਿੰਡ ਦੇ ਦਿਹਾੜੀਦਾਰ ਲੋਕਾਂ ਦੀ ਜ਼ਿੰਮੇਵਾਰੀ ਚੁੱਕ ਲਈ ਹੈ। ਗੀਤਾ ਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ, ਸਤਿ ਸ਼੍ਰੀ ਅਕਾਲ, ਮੇਰੇ ਵੱਲੋਂ ਖਾਸ ਬੇਨਤੀ ਹੈ, ਜਿਹੜੇ ਸੱਜਣਾਂ ਦਾ ਕੰਮ ਕਾਰ ਸੈੱਟ ਹੈ ਉਹ ਆਪਣੇ ਪਿੰਡ ਦੇ ਉਹਨਾਂ ਲੋਕਾਂ ਦੀ ਮਦਦ ਕਰੋ ਜਿਹੜੇ ਰੋਜ਼ ਕਮਾ ਕੇ ਖਾਂਦੇ ਆ। ਮੈਂ ਆਪਣੇ ਪਿੰਡ ਦੇ ਉਹਨਾਂ ਲੋਕਾਂ ਦੀ ਜ਼ਿੰਮੇਵਾਰੀ ਲੈਂਦਾ ਜਿਹੜੇ ਰੋਜ਼ ਦਿਹਾੜੀ ਕਰਕੇ ਆਪਣਾ ਦਾਲ ਫੁਲਕਾ ਖਾਂਦੇ ਆ। ਜਦੋਂ ਤੱਕ ਇਹ ਕੋਰੋਨਾ ਪ੍ਰੋਬਲਮ ਠੀਕ ਨਹੀਂ ਹੁੰਦੀ ਉਦੋਂ ਤੱਕ ਪਿੰਡ ਦੇ ਦਿਹਾੜੀ ਕਰਨ ਵਾਲੇ ਸੱਜਣ 9816561135 ਤੇ ਆਪਣੀ ਪੂਰੀ ਜਾਣਕਾਰੀ ਲਿਖਵਾ ਦੇਣ, ਮੇਰੀ ਟੀਮ ਸਾਰਾ ਅਰੇਂਜਮੈਂਟ ਕਰੇਗੀ। ਜੇ ਪਿੰਡ ਦਾ ਹੋਰ ਕੋਈ NRI ਵੀਰ ਸੇਵਾ ਕਰਨਾ ਚਾਹੁੰਦਾ ਤਾਂ ਫਿਰ ਆਪਾਂ ਨਾਲ ਦੇ ਹੋਰ ਪਿੰਡ ਵੀ ਅਡੋਪਟ ਕਰ ਸਕਦੇ ਆ। ਬਾਹਰ ਰਹਿਣ ਵਾਲੇ ਵੀਰ ਮੈਨੂੰ ਇਨਬੋਕਸ ਕਰਨ। ਗੀਤਾ ਜੈਲਦਾਰ। ਫਿਲਹਾਲ ਗੀਤਾ ਜੈਲਦਾਰ ਨੇ ਤਾਂ ਬਹੁਤ ਵਧੀਆ ਕਦਮ ਚੱਕਿਆ ਹੈ ਆਪਣੇ ਪਿੰਡ ਵਾਲਿਆਂ ਦੇ ਵਾਸਤੇ। ਦੇਖਣਾ ਇਹ ਹੋਵੇਗਾ ਕਿ ਇਹਨਾਂ ਦੇ ਵਾਂਗ ਹੋਰ ਕਿਹੜੇ ਕਿਹੜੇ ਸੈਲਿਬਸ ਨੇ ਜਿਹੜੇ ਆਉਣ ਵਾਲੇ ਟਾਈਮ 'ਤੇ ਆਪਣੇ ਪਿੰਡ ਵਾਸੀਆਂ ਦੀ ਮਦਦ ਕਰਨਗੇ ਆਰਥਿਕ ਤੌਰ 'ਤੇ। ਫਿਲਹਾਲ ਤੁਸੀਂ ਕੀ ਕਹਿਣਾ ਚਾਹੋਗੇ, ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ। ਓਪਨ ਚੈਲੇਂਜ 17-time ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ, ਮੌਲਵੀ, ਬੇਗਮ, ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।